पर चलो जो भी होया है ये बहुत दुखदाई है और इत्थे सानू पता है बड़ी वड्डी समस्या आ रही है, बच्चे उत्थों आ जांदे है। मैं चाहवांगा तुसीं बाकी मापियां तक भी सुनेहा जरूर दिओ कि इत्थे बच्चियां नूं भेजण तों पहलां सारा कुछ सोचो विचारो, बच्चियां ते बड़ा प्रैशर है, कम काज इत्थे ज़्यादा है नहीं बच्चियां कोल, गलत संगत बच्चे फस जाते हैं, जेलों चले जाते हैं, बहुत कुछ हो रहा इत्थे और नतीजा देखो तुसीं अज ये बच्चा इंडिया होंदा तुसीं इहदी देखभाल करदे, गलत राह जांदा ते तुसीं रोक लैंदे। आप बेबस है, बहुत ज्यादा बेबस ही है, गरीब परिवार का संबंध है कोई, ਅਸੀਂ ਇੱਥੇ ਆ ਕੇ ਅਸੀਂ ਕੈਨੇਡਾ ਆ ਕੇ ਦੇਖ ਨਹੀਂ ਸਕੇ ਕੀ ਕਰ ਰਿਹਾ ਸਾਡਾ ਬੱਚਾ। ਕਿ ਤੁਹਾਡੀ ਜਿਹੜੀ ਇਹ ਗੱਲ ਹੈ ਇਹ ਸਾਰੀ ਕਮਿਊਨਿਟੀ ਤੱਕ ਇੱਥੇ ਚਲੀ ਗਈ ਹੈ, ਅਸੀਂ ਅਖਬਾਰ ਦੇ ਵਿੱਚ ਵੀ ਇਹ ਜਾਣਕਾਰੀ ਤੁਹਾਡੀ ਦਿੱਤੀ ਹੈ, ਬਾਡੀ ਵੀ ਤੁਹਾਨੂੰ ਇੱਥੋਂ ਭੇਜਣ ਲਈ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹ ਵੀ ਤੁਹਾਡੀ ਇਸ ਵੇਲੇ ਅਪੀਲ ਹੈ ਸਰਕਾਰ ਨੂੰ ਵੀ ਕਮਿਊਨਿਟੀ ਨੂੰ ਵੀ, ਤਾਂ ਮੈਂ ਤੁਹਾਡਾ ਨੰਬਰ ਵੀ ਬੋਲ ਦਿੰਦਾ ਜੀ 9592312287, ਜੇ ਕਿਸੇ ਨੂੰ ਇਹ ਨੰਬਰ ਚਾਹੀਦਾ ਹੋਵੇ ਮੇਰੇ ਕੋਲ ਲੈ ਲੈਣਾ, ਕੋਈ ਮਦਦ ਕਰਨਾ ਚਾਹੇ ਇਸ ਪਰਿਵਾਰ ਦੀ ਜ਼ਰੂਰ ਕਰੋ, ਇਸ ਵੇਲੇ ਲੋੜ ਹੈ ਇਹਨਾਂ ਨੂੰ ਤੁਹਾਡੀ ਮਦਦ ਦੀ ਔਰ ਸਾਡੀ ਕਮਿਊਨਿਟੀ ਹਮੇਸ਼ਾ ਹੀ ਐਸੇ ਮੌਕੇ ਅੱਗੇ ਆ ਕੇ ਗਰੀਬ ਪਰਿਵਾਰਾਂ ਦੀ, ਲੋੜਵੰਦ ਪਰਿਵਾਰਾਂ ਦੀ ਮਦਦ ਵੀ ਕਰਦੀ ਹੈ। ਤਾਂ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਲਾਸਟ, ਕੋਈ ਸਾਡੀ ਕਮਿਊਨਿਟੀ ਸੁਣ ਰਹੀ ਹੈ ਤੁਹਾਨੂੰ ਅਪੀਲ ਕਰਨਾ ਚਾਹੁੰਦੇ ਹੋ? ਮੈਂ ਜੀ ਤੇ ਕੈਨੇਡਾ ਸਰਕਾਰ ਦੇ ਵਸਨੀਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਸਾਡੀ ਮਦਦ ਕਰੋ, ਅਸੀਂ ਗਰੀਬ ਪਰਿਵਾਰ ਆ,